ਸਰ ਆਓ ਪਲੀਜ਼। ਡੀਨ ਸਟੂਡੈਂਟ ਵੈਲਫੇਅਰ ਸਕੋਰ ਸੈਟ, ਸਾਰਾ ਹੀ ਸਟਾਫ ਪੂਰੇ ਪੰਜਾਬ ਦੇ ਵਿੱਚੋਂ ਪਹੁੰਚੇ ਹੋਏ ਸਾਡੇ ਨੌਜਵਾਨ ਬੱਚੇ ਬੱਚੀਆਂ, ਪੰਜਾਬ ਸਟੇਟ ਏਡ ਕੰਟਰੋਲ ਸੁਸਾਇਟੀ ਦੇ ਨੁਮਾਇੰਦੇ, ਸਾਡੇ ਮੀਡੀਆ ਕਰਮੀ ਅਤੇ ਯੁਗ ਸੇਵਾਵਾਂ ਵਿਭਾਗ ਦੇ ਪਹੁੰਚੇ ਹੋਏ ਸਾਰੇ ਹੀ ਸਟਾਫ ਮੈਂਬਰਸ, ਅਸੀਂ ਬੜੇ ਭਾਗਸ਼ਾਲੀ ਹਾਂ ਕਿ ਸਾਨੂੰ ਪੰਜਾਬ ਦੇ ਵਿੱਚ, ਪੰਜਾਬ ਦੀ ਇਸ ਖੂਬਸੂਰਤ ਧਰਤੀ 'ਤੇ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਵਾਉਣ ਦਾ ਮੌਕਾ ਮਿਲਦਾ, ਸੁਭਾਗ ਪ੍ਰਾਪਤ ਹੁੰਦਾ, ਜਿਹਦੇ ਵਿੱਚ ਨੌਜਵਾਨ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਨੇ ਅਤੇ ਅੱਗੇ ਪੰਜਾਬ ਦਾ ਜਾ ਕੇ ਨਾਮ ਰੋਸ਼ਨ ਕਰਦੇ ਨੇ। ਪਿਛਲੇ ਸਾਲ ਇਹੀ ਇਵੈਂਟ ਅਸੀਂ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਔਰਗੇਨਾਈਜ਼ ਕੀਤਾ ਸੀ, ਉਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਔਰਗੇਨਾਈਜ਼ ਕੀਤਾ ਗਿਆ। ਇਹ ਜਿਹੜੇ ਇਵੈਂਟ ਕਰਨ ਦਾ ਮਕਸਦ ਇੱਕੋ ਇੱਕ ਇਹੀ ਹੈ ਕਿ ਪੰਜਾਬ ਦੇ ਨੌਜਵਾਨ ਆਪਣੇ ਅੰਦਰਲੀਆਂ ਛੁਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਆਪਣੀ ਕਲਾ ਅਤੇ ਆਪਣੇ ਜੌਹਰ ਹੈ ਜਿਹੜੇ ਉਹ ਇੱਕ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਆਉਣ। ਦੇਸ਼ ਦੇ ਵਿੱਚ ਬਹੁਤ ਥੋੜ੍ਹੇ ਸੂਬੇ ਨੇ ਜਿਨ੍ਹਾਂ ਦੇ ਕੋਲ ਨੌਜਵਾਨਾਂ ਨੂੰ ਸਾਂਭਣ ਅਤੇ ਸੰਭਾਲਣ ਦੇ ਲਈ ਯੁਗ ਸੇਵਾਵਾਂ ਵਿਭਾਗ ਦਾ ਇੱਕ ਡਿਪਾਰਟਮੈਂਟ ਕੰਮ ਕਰਦਾ, ਉਹਨਾਂ ਦੇ ਵਿੱਚੋਂ ਪੰਜਾਬ ਇੱਕ ਹੈ ਅਤੇ ਪੰਜਾਬ ਦਾ ਇਹ ਅਦਾਰਾ ਨੌਜਵਾਨਾਂ ਦੇ ਲਈ ਵੱਖ ਵੱਖ ਤਰ੍ਹਾਂ ਦੇ ਸ਼ਹੀਦੀ ਆਜ਼ਮ ਭਗਤ ਸਿੰਘ ਸਟੇਟ ਯੁਵਾ ਪੁਰਸਕਾਰ ਦਿੰਦਾ ਹੈ, ਜਿਹਦੇ ਵਿੱਚ 51,000 ਰੁਪਏ ਦੀ ਨਕਦ ਰਾਸ਼ੀ ਹੈ। ਜ਼ਿਲ੍ਹਾ ਪੱਧਰ ਦੇ ਉੱਤੇ ਜਿਹੜੇ ਕਲੱਬ ਵਧੀਆ ਕੰਮ ਕਰਦੇ ਨੇ ਉਹਨਾਂ 15 ਕਲੱਬਾਂ ਨੂੰ 50,000 ਰੁਪਏ ਦਿੱਤੇ ਜਾਂਦੇ ਨੇ। ਜਿਹੜੇ ਸਮਾਜ ਸੇਵਾ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਨੇ, ਅਵਲ ਦਰਜੇ ਦਾ ਨੰਬਰ 1 ਕਲੱਬ ਹੈ, ਉਹਨਾਂ ਨੂੰ 5,00,000 ਰੁਪਇਆ ਵਿਭਾਗ ਵੱਲੋਂ ਜਿਹੜਾ ਨੌਜਵਾਨਾਂ ਨੂੰ ਕੰਮ ਕਰਨ ਦੇ ਲਈ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਨਾਲ ਇੰਟਰ ਸਟੇਟ ਕਲਚਰ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਹਰ ਸਾਲ ਪੰਜਾਬ ਤੋਂ 5,000 ਦੇ ਕਰੀਬ ਨੌਜਵਾਨਾਂ ਨੂੰ ਇਹ ਵਿਭਾਗ ਵੱਲੋਂ ਸਾਰੇ ਇੰਡੀਆ ਦੇ ਵਿੱਚ ਘੁੰਮਣ ਦਾ ਮੌਕਾ ਮਿਲਦਾ, ਸਾਰਾ ਖਰਚਾ ਡਿਪਾਰਟਮੈਂਟ ਦਾ ਹੁੰਦਾ। ਇਸੇ ਤਰ੍ਹਾਂ ਨਾਲ ਮਨਾਲੀ ਦੇ ਵਿੱਚ ਜਾਂ ਉੱਚ ਪਹਾੜੀ ਇਲਾਕਿਆਂ ਦੇ ਵਿੱਚ ਸਾਹਸਿਕ ਗਤੀਵਿਧੀਆਂ ਦੇ ਲਈ ਨੌਜਵਾਨਾਂ ਦੇ ਅੰਦਰ ਰੁਚੀ ਪੈਦਾ ਕਰਨ ਲਈ 10,000 ਨੌਜਵਾਨਾਂ ਨੂੰ ਡਿਪਾਰਟਮੈਂਟ ਆਪਣੇ ਐਫਰਟਸ ਦੇ ਜ਼ਰੀਏ ਇੱਥੇ ਲੈ ਕੇ ਜਾਂਦਾ। ਨਵੰਬਰ ਮਹੀਨੇ ਦੇ ਵਿੱਚ ਜਦੋਂ ਯੂਨੀਵਰਸਿਟੀਆਂ ਦੇ ਇੰਟਰ ਜੋਨਲ ਅਤੇ ਇੰਟਰ ਕਾਲਜ ਖਤਮ ਹੋ ਜਾਂਦੇ ਆ ਤਾਂ ਇੰਟਰਵਰਸਿਟੀ ਮੁਕਾਬਲਾ ਜਿਹੜਾ ਪੰਜਾਬ ਦਾ ਉਹ ਇਸ ਡਿਪਾਰਟਮੈਂਟ ਵੱਲੋਂ ਕਰਵਾਇਆ ਜਾਂਦਾ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਕਿ ਡਿਪਾਰਟਮੈਂਟ ਦੀ ਇਸ ਖੂਬਸੂਰਤੀ ਦੇ ਨਾਲ, ਡਿਪਾਰਟਮੈਂਟ ਦੀ ਇਹਨਾਂ ਗਤੀਵਿਧੀਆਂ ਦੇ ਨਾਲ ਨੌਜਵਾਨ ਮੁਫਤ ਦੇ ਵਿੱਚ ਪੂਰੀ ਦੁਨੀਆ, ਪੂਰੇ ਇੰਡੀਆ ਨੂੰ ਘੁੰਮ ਸਕਦੇ ਆ। ਜਿਹੜੇ ਬਹੁਤ ਪ੍ਰਤਿਭਾਸ਼ਾਲੀ ਸਾਡੇ ਹੁੰਦੇ ਨੇ ਨੌਜਵਾਨ, ਉਹਨਾਂ ਨੂੰ ਇੰਟਰ ਸਟੇਟ ਕਲਚਰ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਨੈਸ਼ਨਲ ਲੈਵਲ ਅਤੇ ਉਹਨਾਂ ਦੇ ਵਿੱਚੋਂ ਸਿਲੈਕਟਡ ਨੂੰ ਇੰਟਰਨੈਸ਼ਨਲ ਲੈਵਲ ਦੇ 20-20 ਦਿਨਾਂ ਦੇ 25-25 ਦਿਨਾਂ ਦੇ ਟੂਰ ਵੀ ਮਿਨਿਸਟਰੀ ਆਫ ਯੂਥ ਅਫੇਅਰ ਵੱਲੋਂ ਕਰਵਾਏ ਜਾਂਦੇ। ਇਹਨਾਂ ਸਾਰਿਆਂ ਤੋਂ ਇਲਾਵਾ ਰਿਪਬਲਿਕ ਡੇ ਪਰੇਡ ਦੇ ਵਿੱਚ ਜਾਣ ਦੇ ਲਈ ਅਗਲੇ ਦਿਨਾਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਉਹ ਰਿਪਬਲਿਕ ਡੇ ਦੇ ਵਿੱਚ ਡੇ ਪਰੇਡ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ, ਉਹਦੇ ਲਈ ਅਸੀਂ ਜਿਹੜੇ 3 ਜ਼ੋਨ ਬਣਾਏ ਨੇ ਜਿਨ੍ਹਾਂ ਦੇ ਵਿੱਚੋਂ ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ, ਇਹਨਾਂ ਦੇ ਵਿੱਚ ਅਸੀਂ RD ਪਰੇਡ ਦੇ ਲਈ ਵੀ ਕੈਂਪ ਲਾ ਰਹੇ ਹਾਂ। ਤੁਸੀਂ ਉਹਨਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਓ ਅਤੇ ਇਹਨਾਂ ਕੈਂਪਾਂ ਦੀ ਸਕਰੀਨਿੰਗ ਜ਼ਰੀਏ RD ਪਰੇਡ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਣਾ। ਪਿਛਲੇ ਇਸ ਸਾਲ ਸਾਡੇ ਵਧੀਆ ਵਲੰਟੀਅਰਾਂ ਨੂੰ 15 ਅਗਸਤ ਦੇ ਮੌਕੇ ਦੇ ਉੱਤੇ ਜਿਹੜੇ ਸਾਡੇ ਕੇਂਦਰੀ ਮੰਤਰੀਆਂ ਦੇ ਨਾਲ ਬਤੌਰ ਚੀਫ ਗੈਸਟ ਸਾਡੇ 15 ਨੌਜਵਾਨ ਪੰਜਾਬ ਦੇ ਉੱਥੇ ਨਾਲ ਬੈਠੇ ਸੀ,
ਇਹ ਬਹੁਤ ਵੱਡੇ ਵੱਡੇ ਨੌਜਵਾਨਾਂ ਦੇ ਲਈ ਪਲੇਟਫਾਰਮ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਪ੍ਰਤਿਭਾ ਦਾ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਰਿਕੋਗਨਾਈਜੇਸ਼ਨ ਦਾ ਪਤਾ ਚੱਲਦਾ, ਉਹਨਾਂ ਅੰਦਰ ਲੀਡਰਸ਼ਿਪ ਕੁਆਲਿਟੀ, ਗਰੁੱਪ ਬਿਹੇਵੀਅਰ ਅਤੇ ਇੱਕ ਚੰਗੇ ਨਾਗਰਿਕ ਅਤੇ ਇੱਕ ਚੰਗੇ ਵਿਅਕਤੀਤਵ ਦੀ ਉਸਾਰੀ ਦੇ ਲਈ ਇਹ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਮੈਂ ਸਮੁੱਚੀ ਮੈਨੇਜਮੈਂਟ ਦਾ, ਦਵਿੰਦਰ ਜੀ ਸਾਡੇ ਲੁਧਿਆਣਾ ਅਸਿਸਟੈਂਟ ਡਾਇਰੈਕਟਰ, ਸ਼੍ਰੀ ਦਵਿੰਦਰ ਲੋਟੇ ਜੀ, ਬਾਕੀ ਸਭ ਤੁਹਾਡਾ ਆਪ ਸਭ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਡਿਪਾਰਟਮੈਂਟ ਦੀਆਂ ਇਹਨਾਂ ਗਤੀਵਿਧੀਆਂ ਦੇ ਨਾਲ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੇ ਹੋ। ਅੱਗੇ ਤੋਂ ਵੀ ਅਸੀਂ ਤੁਹਾਡੇ ਤੋਂ ਇਸ ਭਰਪੂਰ ਹੰਗਾਰੇ ਦੀ ਆਸ ਕਰਾਂਗੇ ਅਤੇ ਨੌਜਵਾਨਾਂ ਨੂੰ ਵੀ ਸੱਦਾ ਦਿੰਦੇ ਹਾਂ ਕਿ ਡਿਪਾਰਟਮੈਂਟ ਦੀ ਵੈਬਸਾਈਟ ਦੇ ਉੱਤੇ ਹਰ ਰੋਜ਼ ਨਵੇਂ ਪ੍ਰੋਗਰਾਮ ਅਪਲੋਡ ਹੋ ਰਹੇ ਨੇ, ਤੁਸੀਂ ਉਹਨਾਂ ਨੂੰ ਫੋਲੋ ਕਰੋ ਅਤੇ ਮੁਫ਼ਤ ਦੇ ਵਿੱਚ ਬਿਨਾਂ ਕਿਸੇ ਖਰਚੇ ਤੋਂ। ਮੈਂ ਪਹਿਲਾਂ ਹੀ ਦੱਸਿਆ, ਦੇਸ਼ ਦੇ ਵਿੱਚ ਬਹੁਤ ਥੋੜ੍ਹੇ ਸੂਬੇ ਨੇ ਜਿਨ੍ਹਾਂ ਕੋਲ ਨੌਜਵਾਨਾਂ ਦੇ ਲਈ ਇੱਕ ਵੱਖਰਾ ਵਿਭਾਗ ਹੋ ਗਏ, ਯੁਵਕ ਸੇਵਾਵਾਂ ਵਿਭਾਗ ਪੰਜਾਬ ਤੁਹਾਡੇ ਇਹਨਾਂ ਇਸ ਤਰ੍ਹਾਂ ਦੇ ਕਾਰਜ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ ਜੁੜਿਆ ਹੋਇਆ, ਤੁਸੀਂ ਵੱਧ ਚੜ੍ਹ ਕੇ ਉਹਦੇ ਵਿੱਚ ਭਾਗ ਲੈ ਸਕਦੇ ਹੋ। ਤੁਹਾਨੂੰ ਸਭ ਨੂੰ ਖੁੱਲ੍ਹਾ ਸੱਦਾ, ਧੰਨਵਾਦ।